एक गाना जिहड़ा हर एक ब्याह चलदा ना काका अपने ब्याह दे विच नचदा फिरे, मैं पुछना चाहुंदा वी तुसीं अपने ब्याह दे फिर किहड़े गाने ते नचे सी? उदों दा भरावा किथे नचदे, नहीं नचे तां सीगे पर उदों इदां दे हुंदे डीजे डूजे नहीं हुंदे। उदों मेरे ब्याह ते बथेरा कलाकार आए सी, उदों माणयोग मुख्यमंत्री साहब मान साहब ਇਹ ਵੀ ਵਿਆਹ 'ਤੇ ਗਏ, ਸਰਦੂਲ ਭਾਜੀ, ਮੈਂ ਕਿਹਾ ਕਲਾਕਾਰ ਬਹੁਤ ਸਾਰੇ ਪੰਜਾਬ ਦੇ ਕਲਾਕਾਰ ਸੀ। ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ, ਮੇਰੇ ਦਿਮਾਗ 'ਚ ਇਹ ਸਵਾਲ ਆਇਆ ਵੀ ਜਿੱਦਾਂ ਮਾਨ ਸਾਹਿਬ ਨਾਲ ਬੈਠਦੇ ਜਦੋਂ ਉਹ ਵੀ ਕਲਾਕਾਰ ਆ, ਉਹਨਾਂ ਨਾਲ ਸਿਰਫ ਰਾਜਨੀਤੀ ਦੀ ਗੱਲ ਹੁੰਦੀ ਹੈ ਜਾਂ ਮਤਲਬ ਕਲਾਕਾਰੀ ਦੀ ਵੀ ਗੱਲ ਹੁਣ ਵੀ ਹੋ ਜਾਂਦੀ ਕਦੇ ਕਦੇ? ਨਹੀਂ ਦੇਖੋ, ਜਦੋਂ ਬੈਠੇ ਹਾਂ ਮੀਟਿੰਗ ਆ ਉਹ ਤਾਂ ਹੋਈ ਗੱਲ ਹੁੰਦੀ ਹੈ ਰਾਜਨੀਤੀ, ਜਦੋਂ ਇਕੱਲੇ ਬੈਠੇ ਹੋ ਤਾਂ ਕਲਾਕਾਰ ਦੀ ਵੀ ਹੋ ਜਾਂਦੀ ਹੈ। ਕਦੇ ਕਦੇ ਵੀ ਹੁਣ ਇਹ ਵੀ ਇਹ ਤਾਂ ਨਹੀਂ ਵੀ ਹੁਣ ਉਹ ਸੀਐਮ ਬਣ ਗਿਆ ਹੋਣਗੇ ਵੀ ਕਿਤੇ ਝਿਜਕ ਰਹਿੰਦੀ ਜਾਂ ਹਾਲੇ ਵੀ ਉਹ ਬੈਲੈਂਸ ਬਣੀ ਜਾ ਰਹੀ ਦੋਨਾਂ ਤੋਂ ਆ ਜੀ। ਉਹ ਸਾਡੇ ਸੀ ਐਮ ਨੇ, ਸਾਡੇ ਬੌਸ ਆ, ਅਤੇ ਉੱਦਾਂ ਹੀ ਮੰਨਣਾ ਚਾਹੀਦਾ ਅਤੇ ਸਤਿਕਾਰ ਬਹੁਤ ਪਿਆਰ ਕਰਦੇ ਆ, ਅਸੀਂ ਸਤਿਕਾਰ ਦਿੰਦੇ ਹਾਂ। ਅਤੇ ਜਿਹੜਾ ਗੀਤ ਸੰਗੀਤ ਆ ਉਹ ਤਾਂ ਫਿਰ ਸਾਡੇ ਨਾਲ ਜੁੜਿਆ ਹੋਇਆ, ਪਿੱਛੇ ਜੇ ਅਸੀਂ ਉਹਨਾਂ ਦੇ ਵਿਆਹ 'ਤੇ ਅਸੀਂ ਅੱਡ ਕਲਾਕਾਰ ਭਰਾ ਸੱਦੇ ਉਹਨਾਂ ਨੇ, ਉਦੋਂ ਫਿਰ ਅਸੀਂ ਗਾਏ, ਮਾਨ ਸਾਹਿਬ ਨੇ ਵੀ ਗਾਇਆ। ਐਂ ਵਿਆਹ ਤੋਂ ਬਾਅਦ ਪਾਰਟੀ ਅਲੱਗ ਅਲੱਗ ਪਾਰਟੀ ਰੱਖੀ ਨਾ, ਐੱਮ ਐੱਲ ਏ ਜੀ ਦੀ ਅਲੱਗ, ਮੰਤਰੀ ਦਾ, ਫਿਰ ਅਸੀਂ ਸਾਡਾ ਜਿਹੜਾ ਦਾਇਰਾ ਸੀ ਅਸੀਂ ਅਲੱਗ ਪਰਿਵਾਰ ਨਾਲ ਗਏ, ਫਿਰ ਉੱਥੇ ਗਾਏ ਗੀਤ ਸਾਰਿਆਂ ਨੇ ਗਏ ਅਸੀਂ। ਸਰ ਜਦੋਂ ਇੱਕ ਮਤਲਬ ਕਲਾਕਾਰ ਐੱਮ ਐੱਲ ਏ ਬਣ ਜਾਂਦਾ ਹੈ ਨਾ, ਹੁਣ ਤੁਹਾਡੇ ਕੋਲ ਤਾਂ ਹਰ ਇੱਕ ਵਰਗ ਦੇ ਲੋਕ ਆਉਂਦੇ ਹੋਣਗੇ ਆਪਣੀਆਂ ਪ੍ਰੋਬਲਮਸ ਲੈ ਕੇ, ਫਿਰ ਉਦੋਂ ਕੁਛ ਦੇਖਿਆ ਜਾਂਦਾ ਚੀਜ਼ ਨੂੰ ਲੈ ਕੇ ਕਿ ਸਾਰੇ ਕਾਮਨਲੀ ਹੋ ਜਾਂਦਾ ਸਭ? ਨਹੀਂ ਮੈਂ ਤਾਂ ਦੇਖੋ ਜੀ, ਇੱਕ ਮੇਰੀ ਆਦਤ ਆ, ਮੈਂ ਤਾਂ ਹੁਣ ਵੀ ਕਹਿੰਦਾ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਕੰਮ ਕਰਦਾ। ਜੇ ਹੋਰ ਪਾਰਟੀ ਦਾ ਬੰਦਾ ਆ, ਜੇ ਕੋਈ ਉਹਦੇ ਕੰਮ ਆ, ਕੋਈ ਦੁਖੀ ਆ, ਉਹਦਾ ਵੀ ਕੰਮ ਕਰਕੇ ਤੋਰਦੇ ਆ, ਉਹ ਵੀ ਖੁਸ਼, ਸਾਡੀ ਆਤਮਾ ਵੀ ਖੁਸ਼ ਆ। ਇਹ ਨਹੀਂ ਰੱਖਿਆ ਵੀ ਇਹਦਾ ਫਲਾਨੀ ਪਾਰਟੀ ਨੇ ਵੋਟ ਨਹੀਂ ਪਾਈ, ਕਿਉਂ ਨਹੀਂ ਪਾਈ। ਹੁਣ ਜੋ ਚੁਣੇ ਗਏ ਸਾਰੇ ਸਾਂਝੀ ਸਰਕਾਰ ਆ, ਸਾਂਝੇ ਲੋਕ ਆ, ਸਾਰਿਆਂ ਦੇ ਕੰਮ ਕਰਨੇ ਚਾਹੀਦੇ। ਕਲਾਕਾਰ ਨੂੰ ਫਿਰ ਕਦੇ ਇੱਦਾਂ ਨਹੀਂ ਹੋ ਜਾਂਦਾ, ਮੰਨ ਕੇ ਚੱਲੋ ਵੀ ਹੁਣ ਪ੍ਰੋਗਰਾਮ ਘੱਟ ਗਿਆ, ਫੋਰ ਐਗਜ਼ਾਮਪਲ ਹੋਰ ਪਾਰਟੀ ਵਾਲੇ ਬੰਦੇ ਹੋਣਗੇ ਜਾਂ ਇੱਦਾਂ ਕੁਛ? ਨਹੀਂ, ਪ੍ਰੋਗਰਾਮ ਨਹੀਂ ਘਟੇ ਮੇਰੇ, ਇਹਨਾਂ ਚੀਜ਼ਾਂ ਨਾਲ ਫਰਕ ਤਾਂ ਨਹੀਂ ਪਿਆ। ਅੱਜ ਵੀ ਮਤਲਬ ਜੇ ਸ਼ੱਕ ਹੋਰ ਪਾਰਟੀ ਦੇ ਬੰਦੇ ਆ, ਸਰੋਤੇ ਸਰੋਤੇ ਬਣੇ ਹੋਏ ਤਾਂ ਸਰੋਤੇ? ਮੈਂ ਜਦੋਂ ਮੇਰੀ ਸੋਚ ਹੀ ਇੱਦਾਂ ਦੀ, ਆਪਾਂ ਲੋਕਾਂ ਦੀ ਸੋਚ ਹੁੰਦੀ, ਮੈਂ ਗੱਲ ਹੀ ਨਹੀਂ ਕਰਦਾ ਉੱਥੇ ਜਾ ਕੇ। ਮੈਂ ਤਾਂ ਉੱਥੇ ਵਿਆਹ ਦੇ ਵਿੱਚ ਤਾਂ ਹਰ ਪਾਰਟੀ ਦਾ ਬੰਦਾ ਆਇਆ ਹੋਊਗਾ, ਠੀਕ ਹੈ ਨਾ, ਉੱਥੇ ਕਲਾਕਾਰ ਬਣ ਕੇ ਜਾਂਦੇ ਲੋਕ ਵੀ। ਮੈਂ ਇੰਨੇ ਪ੍ਰੋਗਰਾਮ ਕਰ ਲਏ, ਉਦੋਂ ਬਾਅਦ ਐੱਮ ਐੱਲ ਏ ਬਣਨ ਤੋਂ ਬਾਅਦ ਕਿਤੇ ਨਹੀਂ ਆਇਆ ਤਾਂ ਨਾ ਨਾ ਨਾ।